और वो तीनों फजीलता अली कोल ने मैं उस बारे सोच भी नहीं सकता सुन गज़बे खैबर के मौका उज़ूर ने फरमाया कि कल मैं उस शख्स के हाथी झंडा देंगा जो अलाह उदे रसूल करता है और अल्लाह रसूल उद्दान असी एड़ियाँ चुप चुक के, रहे के कुछ नसीब कहड़ा है तो सुबह नबील इस्लाम ने हज़रत अली मामलाता उन्होंने सपुर्द किया झंडा दूसरा मौका गजबे तबूक के मौका आपने फरमाया अली मेरे ना उ नस्बत है जो हारून की मूसा नाल मगर मेरे बाद कोई नबी नहीं कितनी वही नस्बत है यानी हजरत मूसा दे सपोर्टिव पैगंबर सन हज़रत आरूण नबीसलाम का जोड़ा सपोर्टिव सीन है साहबी इस लैवल उत्ते हजरत अली सन और तीसरा जो नजरान ईसाई आए और सारे दलाल उन्होंने तमाम हो गए तो सूरे आले इमरान की आयत नंबर इकाठ नाजुल हुई कहना नबी हूँ इन्हों कहो कि निकलो खुद भी ਆਪਣੀ ਔਰਤਾਂ ਵੀ ਲੈ ਆਓ ਬੱਚੇ ਵੀ ਲੈ ਆਓ ਓਪਨ ਮੈਦਾਨ ਵਿੱਚ ਆ ਕੇ ਕੋ ਵੋ ਜਿਹੜਾ ਝੂਠਾ ਹੈ ਉਸ ਤੇ ਅੱਲਾ ਦੀ ਲਾਹਨਤ ਤਬਾਹ ਬਰਬਾਦ ਹੋ ਜਾਣਗੇ ਇੱਥੇ ਹੀ ਮਬਾਲੇ ਵਾਸਤੇ ਨਬੀ ਅਲੈ ਸਲਾਮ حضرت ਅਲੀ ਫਾਤਿਮਾ ਅਸ ਔਰ ਸਈਦਨਾ ਹਸਨ ਹੁਸੈਨ ਨੂੰ ਲੈ ਕੇ ਆਏ ਲੇਕਿਨ ਉਹ ਮੁਕਾਬਲੇ 'ਚ ਨਹੀਂ ਆਏ ਤੇ ਇਹ ਮਬਾਲੇ ਅਲੀ ਅਦੀਸ ਇਹਦਾ ਇੱਕ ਤਰੀਕ ਸਨ ਸਾਇਲ ਕੁਬਰੇ ਸੇਮ ਇਸੀ ਸਨਦ ਉਤੇ ਔਰ غلام ਮਸੂਦ ਜ਼ਹਿਨ ਉਤੇ ਸੇਧ ਦਾ ਹੁਕਮ ਲਾਇਆ ਉਹ غلام ਮਸੂਦ ਜ਼ਹਿਰ ਦੀ ਸਾਨੂੰ ਸਹਿਤ ਨਹੀਂ ਚਾਹੀਦੀ ਉਹ ਮੁਸਲਮ ਦੀ ਸਨਤ ਹੈ ਉਮਰ ਨੇ ਮੇਂ ਮੌਜੂਦ ਹੈ ਉਹਦੇ ਜਲਫਾਜ਼ ਨੇ ਕਿ ਸਾਦ ਇਬਨ ਅਬੀ ਵਕਾਸ ਦਾ ਬੇਟਾ ਕਹਿੰਦਾ ਫਿਰ ਜਿੰਨੇ ਦਿਨ ਮਵਈਆ ਉੱਤੇ ਰਹੇ ਨਾ حضرت ਅਲੀ ਦੇ ਬਾਰੇ ਇੱਕ ਜੁਮਲਾ ਵੀ ਕੋਈ تنਕੀਸ ਦਾ ਨਿਕੜਿਆ ਮੇਰੇ ਪਿਓ ਨੇ ਜਿਹੜੇ ਉਹਨੂੰ ਡਾਡ ਪਲਾਈ ਨਾ ਕਿ ਇਹ ਅਲੀ ਦੇ ਬਾਰੇ ਗੱਲ ਨਾ ਕਰੀ ਤੇ ਫਿਰ ਉਸ ਤੋਂ ਬਾਅਦ ਉਹਨੇ ਕੋਈ ਗੱਲ ਨਹੀਂ ਕੀਤੀ ਇਹ ਇਹ ਕਹਿੰਦੇ ਨਵੀ ਕਹਿੰਦਾ ਜੀ ਉਹ ਕਹੈ ਰਸਨ ਕਿ ਅਲੀ ਦੇ ਕੋਈ ਫਜ਼ਾਇਲ ਸੁਣਾਓ ਤੇ ਮੈਂ ਵੀ ਉਹਦੀ ਤਾਰੀਫ ਕਰਾਂ ਡਾਡ ਬਿਲਾਈ ਜਰਾਬ ਇੱਕ ਜੁਮਲਾ ਨਿਕੜਿਆ aur ਸੁਨ ਇਬਨ ਮਾਝਾਈ ਚਾਹ ਕੇ ਸਾਦ ਗੁੱਸੇ ਹੀ ਚਾ ਗਏ ਅਗਰ ਤੁਸੀਂ ਕਹੋ ਕਿ ਜੀ ਮੈਨੂੰ ਫਜ਼ਾਇਲ ਸੁਣਾਓਗੇ ਤੁਸੀਂ ਗੁੱਸਾ ਖੋਗੇ नहीं यही है एक कहानी कराता रहा नवी वह भी इंजी कहानियां कराते रहे गुस्से आ गए और क्या तू उस शख्स के बारे से कहना जिदी ए वजीलता ने चौथी फ़ज़ीलत भी दसी मनकुन तू मौला उफाद अली यून मौला जिहला मैं और मौला अली इन मैं क्या कि तू मिम्बर तू अदी मोबाइल बयान ही नहीं कर सकता और नाल दसी महीने अज उस सुन ही तेरे अबे अब तैमिया ने खुद मनियाई कि ए साध नुकम दितारे मामू ने सब करने का बयान कर देखो मेरी करामत जे नहीं जो बयान कर सकया ਕਿਆ ਮਤ ਤੱਕ ਇਨਸ਼ਾ ਅੱਲਾ ਮੇਰੀ ਕਰਾਮਤ ਰਹਿਣੀ ਹੈ ਇਹ ਨਹੀਂ ਬਿਆਨ ਕਰ ਸਕਦਾ ਬਿਆਨ ਕਰੇਗਾ ਤਾਂ ਲੋਕ ਮੰਨ ਲੈਣਗੇ ਯਾਰ ਇੰਜੀਨੀਅਰ ਸਾਹਿਬ ਤਾਂ ਸਹੀ ਕਹਿ ਰਹੇ ਨੇ ਉਹ ਦੇਖੋ ਨਾ ਹੁਣ ਤੁਸੀਂ ਇਹੋ ਜਿਹੀ ਗੱਲਾਂ ਕਰਦੇ ਹੋ ਤੇ ਹਰਤ ਮਾਗਿਆ ਸੇ ਦੁਆ ਵੀ ਤੇ ਕੀਤੀ ਨਾ ਨਬੀ ਅੱਲ੍ਹਾ ਸਲਾਮ ਤੇ ਮੈਂ ਇਤਨੀ ਦੇਰ ਤੋ ਹੋਰ ਕੇ ਪੈ ਕਰਨਾ ਰੱਬ ਅੱਲਾ ਨੂੰ ਇਸ ਤੋਂ ਵੱਡੀ ਕਿਹੜੀ ਦੁਆ ਹੋ ਸਕਦੀ ਹੈ ਅੱਲਾ ਉਹਨਾਂ ਤੋਂ ਰਾਜ਼ੀ ਹੋਵੇ ਬੋਲੀਆਂ ਦੀ ਸੱਤੇ ਬਿਆਨ ਨਹੀਂ ਕਰਦੇ ਕਿਹੜੀ ਦੁਆ ਕਿ ਖੁਦਾ ਇਹਦਾ ਪੇਟ ਨਾ ਭਰੇ ਇਹ ਦੁਆ ਜਿਹੜੀ ਕੀਤੀ ਹੈ ਇਹ ਕਹਨਾਂ ਮੈਂ ਬਿਆਨ ਇਹ ਮੁਸਲਮ ਸ਼ਰੀਹ ਵਿੱਚ ਮੌਜੂਦ ਹੈ ਉਹ ਕਹਿੰਦੇ ਨੇ ਤਰਮਜ਼ੀ ਸ਼ਰੀਹ ਵਿੱਚ ਉਹ ਤਰਮਜ਼ੀ ਬਾ ਆ ਉਹ ਕਹਿੰਦੇ ਦੀ ਉਹ ਮੁਸਲਿਮ ਸ਼ੀਵੀ ਲਿਖਿਆ ਕਿ ਅਗਰ ਮੈਂ ਕਿਸੇ ਨੂੰ ਬਦਵਾ ਦੇਵਾਂ ਤੇ ਉਹਨੂੰ ਦੁਆ ਬਣਾ ਦੇਣੀ ਸਰਕਾਰੇ ਨਹੀਂ ਲਿਖਿਆ ਇਹ ਲਿਖਿਆ ਕਿ ਅਗਰ ਉਹਦਾ ਅਹਿਲ ਨਾ ਹੋਏ ਫਿਰ ਦੁਆ